ਕਿ ਆਮ ਲੋਕ ਕਹਿੰਦੇ ਹਾਲਾਤ ਠੀਕ ਨਹੀਂ ਪਰ ਕਾਗਜ਼ਾਂ ਵਿੱਚ ਹਾਲਾਤ ਚੰਗੇ ਨਜ਼ਰ ਆਉਂਦੇ ਨੇ, ਚੋਰਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਦਾ, ਪਰ ਜਿਨ੍ਹਾਂ ਦੇ ਘਰ ਵਾਰਦਾਤ ਹੁੰਦੀ ਹੈ ਉਹ ਕਈ ਰਾਤਾਂ ਸੌਣ ਵੇਲੇ ਘਬਰਾਉਂਦੇ ਨੇ, ਕਈ ਰਾਤਾਂ ਸੌਣ ਵੇਲੇ ਘਬਰਾਉਂਦੇ ਨੇ। ਸਤਿ ਸ਼੍ਰੀ ਅਕਾਲ, ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਦਾ ਜ਼ਰਾ ਰਹਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸਾਥੀਓ, ਪਹਿਲਾਂ ਇੱਕ ਸਮਾਂ ਸੀ ਜਦ ਚੋਰ NRI-ਆਂ ਦੀ ਕੋਠੀਆਂ ਨੂੰ ਨਿਸ਼ਾਨਾ ਬਣਾਉਂਦੇ ਸੀ, ਜਿਹੜੀਆਂ ਕੋਠੀਆਂ ਸੁਨਸਾਨ ਹੁੰਦੀਆਂ ਸਨ, ਜਿਨ੍ਹਾਂ ਕੋਠੀਆਂ ਵਿੱਚ ਕੋਈ ਰਹਿੰਦਾ ਨਹੀਂ ਸੀ, ਉੱਥੇ ਚੋਰ ਰਾਤ ਵੇਲੇ ਜਾਂਦੇ ਸਨ ਅਤੇ ਟੂਟੀਆਂ ਟਾਟੀਆਂ ਪੱਟ ਕੇ ਲਿਆਉਂਦੇ ਸਨ। ਪਰ ਹੁਣ ਹਾਲਾਤ ਇੰਨੇ ਵਿਗੜ ਗਏ ਆ, ਚੋਰਾਂ ਦੇ ਹੌਸਲੇ ਇੰਨੇ ਖੁੱਲ੍ਹ ਗਏ ਆ ਕਿ ਘਰ ਦੇ ਅੰਦਰ ਘਰ ਦੇ ਮਾਲਕ ਹੋਣ, ਬੇਸ਼ੱਕ ਕਈ ਜਾਣੇ ਹੋਣ, ਫਿਰ ਵੀ ਚੋਰ ਜਿਹੜੇ ਆ ਆਪਣੇ ਹੌਸਲੇ ਬੁਲੰਦ ਦੇ ਨਾਲ ਘਰ ਦੇ ਅੰਦਰ ਦਾਖਲ ਹੋ ਜਾਂਦੇ ਅਤੇ ਚੋਰੀ ਦੀ ਘਟਨਾ ਨੂੰ ਸ਼ਰੇਆਮ ਅੰਜਾਮ ਦਿੰਦੇ ਆ। ਤਾਜ਼ਾ ਮਾਮਲਾ ਜਿੰਦੋਵਾਲ ਤੋਂ ਸਾਹਮਣੇ ਆਇਆ, ਜਿੱਥੇ ਜਗੀਰ ਸਿੰਘ ਹੋਣਾਂ ਦੇ ਘਰ ਚੋਰਾਂ ਨੇ ਦਸਤਕ ਦੇ ਦਿੱਤੀ। ਰਾਤ ਨੂੰ ਚੋਰ ਵੜਦੇ ਆ, ਦੱਸ ਦਈਏ ਜਗੀਰ ਸਿੰਘ ਹੋਣਾਂ ਦਾ ਘਰ ਵੱਸੋ ਦੇ ਇਲਾਕੇ ਵਿੱਚ ਹੈ। ਚੋਰ ਰਾਤ ਦੇ ਸਮੇਂ ਘਰ ਦੇ ਅੰਦਰ ਦਾਖਲ ਹੁੰਦੇ ਆ, ਚਵਾਰੇ 'ਤੇ ਚੜ੍ਹਦੇ ਆ, ਗ੍ਰਿਲ ਪੱਟਦੇ ਆ। ਤੁਸੀਂ ਸਿਚੁਏਸ਼ਨ ਨੂੰ ਸਮਝੋ, ਗ੍ਰਿਲ ਪੱਟੀ ਗਈ ਹੈ, ਘਰ ਦੇ ਮਾਲਕ ਘਰ ਦੇ ਅੰਦਰ ਹਨ, ਤਾਂ ਚੋਰ ਔਜ਼ਾਰ ਹਥਿਆਰ ਜ਼ਰੂਰ ਨਾਲ ਲੈ ਕੇ ਆਏ ਹੋਵਣਗੇ। ਜੇ ਗ੍ਰਿਲ ਪੱਟੀ ਹੈ ਤਾਂ ਗ੍ਰਿਲ ਕਿਸੇ ਔਜ਼ਾਰ ਨਾਲ ਪੱਟੀ ਹੋਵੇਗੀ, ਆਵਾਜ਼ ਵੀ ਆਈ ਹੋਵੇਗੀ, ਲੇਕਿਨ ਚੋਰਾਂ ਨੇ ਆਵਾਜ਼ ਨੂੰ ਕਿਵੇਂ ਕੰਟਰੋਲ ਕੀਤਾ ਇਹ ਹਾਲੇ ਤੱਕ ਅਜੂਬਾ ਹੈ। ਫਿਰ ਕੀ ਹੈ ਜੀ, ਚੋਰ ਫਸਟ ਫਲੋਰ ਤੋਂ ਗਰਾਊਂਡ ਫਲੋਰ 'ਤੇ ਆਉਂਦੇ ਆ, ਦੋ ਕਮਰੇ ਜਿਹੜੇ ਆਮੋ ਸਾਹਮਣੇ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਹੇ ਆ, ਉਹਨਾਂ ਨੂੰ ਕੱਪੜੇ ਨਾਲ ਰੱਸੀ ਰੁਮਾ ਕੱਪੜੇ ਨਾਲ ਬੰਨ੍ਹ ਦਿੰਦੇ ਆ, ਤਾਂ ਜੋ ਜੇਕਰ ਘਰ ਦੇ ਮਾਲਕ ਜਾਗਦੇ ਆ ਉਹ ਦਰਵਾਜ਼ਿਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ ਤਾਂ ਦਰਵਾਜ਼ੇ ਨਾ ਖੁੱਲ੍ਹਣ। ਔਰ ਚੋਰ, ਤੁਸੀਂ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ ਕਿ ਪੂਰੀ ਤਸੱਲੀ ਨਾਲ ਪੂਰੀ ਘਰ ਦੀ ਤਲਾਸ਼ੀ ਲੈਂਦੇ ਆ, ਅਲਮਾਰੀਆਂ ਦੀ ਤਲਾਸ਼ੀ ਲੈਂਦੇ ਆ, ਬੈੱਡ ਜਿਹੜੇ ਆ ਉਹ ਫਰੋਲੇ ਜਾਂਦੇ ਆ, ਇਕੱਲਾ ਇਕੱਲਾ ਕੋਨਾ ਘਰ ਦਾ ਫਰੋਲਿਆ ਜਾਂਦਾ। ਘਰ ਦੇ ਮਾਲਕ ਜਗੀਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹ 3 ਵਜੇ ਉੱਠੇ ਸਨ, ਦਰਵਾਜ਼ਾ ਨਹੀਂ ਖੁੱਲ੍ਹਿਆ, ਅਤੇ ਸਵੇਰੇ ਜਦੋਂ ਉੱਠ ਕੇ ਉਹਨਾਂ ਦੇਖਿਆ ਘਰ ਦੇ ਅੰਦਰ ਬਹੁਤ ਵੱਡਾ ਕਾਂਡ ਹੋ ਗਿਆ ਸੀ। ਜੇ ਹੁਣ ਆਪਾਂ ਸਮਝੀਏ ਕਿ ਕਿਨੇ ਦਾ ਚੋਰ ਨੁਕਸਾਨ ਕਰਕੇ ਗਏ ਆ, ਤਾਂ ਘਰ ਦੇ ਮਾਲਕ ਦੇ ਕਹਿਣ ਦੇ ਮੁਤਾਬਕ 2.5 ਲੱਖ ਰੁਪਇਆ ਨਗਦੀ ਅਤੇ ਕੰਗਣ ਸੋਨੇ ਦੇ ਜਿਹੜੇ ਆ ਚੋਰ ਨਾਲ ਲੈ ਕੇ ਰਫੂ ਚੱਕਰ ਹੋ ਗਏ। ਲੇਕਿਨ ਇਸ ਘਟਨਾ ਕਰਕੇ ਪੀੜਤ ਜਿਹੜਾ ਘਰ ਹੈ, ਪਰਿਵਾਰ ਹੈ, ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿੰਦੇ ਆ ਉਹ ਬਹੁਤ ਸਹਿਮੇ ਹੋਏ ਆ, ਡਰੇ ਹੋਏ ਆ। ਅਤੇ ਇਹ ਘਟਨਾ ਜਿਹੜੀ ਜਿੰਦੋਵਾਲ ਦੀ ਸੀਨੀਅਰ ਰਿਪੋਰਟਰ ਰਕੇਸ਼ ਕੁਮਾਰ ਉਹਨਾਂ ਨੇ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਕੈਪਚਰ ਕੀਤੀ ਆ, ਉਹ ਹੁਣ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਤੁਹਾਡੇ ਘਰ ਰਾਤ ਅਸੀਂ ਸੁੱਤੇ ਪਏ ਸੀ, ਹਾਂਜੀ, ਤੇ ਰਾਤ ਨੂੰ ਕੋਈ ਬੰਦੇ ਸਾਡੇ ਗ੍ਰਿਲ ਪੱਟ ਕੇ ਆਏ, ਤਾਂ ਸਾਨੂੰ ਅੰਦਰ ਇੱਥੇ ਰੱਸੀਆਂ ਮਾਰ ਕੇ ਬੰਦ ਕੀਤਾ ਕਮਰੇ ਦੇ ਦਰਵਾਜ਼ੇ ਨੂੰ, ਅਤੇ ਅਸੀਂ ਅੰਦਰ ਹੀ ਸੀ। 3 ਵਜੇ ਲਗਭਗ ਮੈਂ ਉੱਠਿਆ ਤਾਂ ਮੈਂ ਦੇਖਿਆ ਸਾਡਾ ਦਰਵਾਜ਼ਾ ਇੱਦਾਂ ਬੰਨਿਆ, ਇਸ ਗੱਲ 'ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਖੋਲ੍ਹਣ ਦੀ ਤਾਂ ਨਹੀਂ ਖੋਲ੍ਹਿਆ, ਅਤੇ ਫਿਰ ਅਸੀਂ ਬੈਠ ਗਏ ਅਤੇ ਸਵੇਰੇ ਜਦ ਉੱਠਿਆ ਫਿਰ ਅਸੀਂ ਇਹਨੂੰ ਅਸੀਂ ਖੋਲ੍ਹਿਆ ਅਤੇ ਖੋਲ੍ਹ ਕੇ ਜਦ ਪਤਾ ਲੱਗਾ ਤਾਂ ਸਾਡੇ ਘਰ ਚੋਰੀ ਹੋ ਗਈ। ਅਤੇ ਆਏ ਕਿੱਧਰ ਤੋਂ ਆ ਜੀ ਚੋਰ? ਚੋਰ ਉੱਪਰੋਂ ਗ੍ਰਿਲ ਪੱਟ ਕੇ ਆਏ। ਅੱਛਾ ਜੀ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇਸ ਚੋਰੀ 'ਚ? ਨੁਕਸਾਨ ਲਗਭਗ 2.5 ਲੱਖ ਰੁਪਇਆ ਸੀ ਕਿਹਾ ਉਹਦਾ ਮੈਡਮ ਦਾ। ਅੱਛਾ ਜੀ, ਅਤੇ ਬਾਕੀ ਇੱਕ ਦਾ ਸੀਗਾ ਕੰਗਣ ਸੋਨੇ ਦਾ, ਉਹ ਕਿਤੇ ਰੱਖ ਗਿਆ ਇੱਥੇ ਜਾਂਦੇ ਜਾਂਦੇ ਤੁਹਾਨੂੰ। ਆਪਣਾ ਨਾਂ ਦੱਸ ਦਿਓ ਅਤੇ ਪਿੰਡ ਦੱਸ ਦਿਓ। ਮੇਰਾ ਜਗੀਰ ਸਿੰਘ, ਪਿੰਡ ਜਿੰਦੋਵਾਲ। ਠੀਕ ਹੈ, ਅਤੇ ਇਹ ਕੀ ਹੁਣ ਕਹਿਣਾ ਚਾਹੁੰਦੇ ਜੀ ਤੁਸੀਂ? ਬਸ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਦੇਖ ਕੇ ਚੋਰਾਂ ਨੂੰ ਕਰਨ, ਇਸ ਕਾਰਨ ਅਤੇ ਪਤਾ ਕਰਨ ਕੋਈ ਕੌਣ ਹੈਗੇ ਆ। ਪੁਲਿਸ ਮੁਲਾਜ਼ਮ ਪਹੁੰਚੇ ਸੀ? ਪੁਲਿਸ ਮੁਲਾਜ਼ਮ ਆਏ ਸੀ, ਆਪਣੇ ਆਏ ਹੋਇਆ ਤੁਹਾਡੇ ਮੁੰਡਾ 'ਤੇ ਜੀ। ਅੱਛਾ ਜੀ, ਅਤੇ ਉਹ ਦੇਖ ਮੌਕਾ ਦੇਖ ਗਏ ਆ। ਠੀਕ ਹੈ, ਹੁਣ ਅਗਲੀ ਕਾਰਵਾਈ ਕਰਨਗੇ। ਠੀਕ ਹੈ, ਮਾਰੀਆਂ ਸਖਣਾ ਇੱਥੋਂ ਮਾਰੀਆਂ ਆ ਮਾਰੀ।
ਪਤਾ ਨਹੀਂ ਕਿੱਧਰੋਂ ਚੜ੍ਹੇ ਹੋਏ ਜਾਂ ਕਿੱਥੋਂ ਚੜ੍ਹੇ ਹੋ ਸਕਦੇ ਆ।